ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਪੁੱਤਰ ਗੁਰਨੂਰ ਸਿੰਘ ਪਾੜਾ ਨੇ ਸਿੰਗਾਪੁਰ ਦੇ ਵਿੱਚ ਕਰਵਾਈ ਗਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਹਾਸਲ ਕਰਕੇ ਪੂਰੇ ਪਰਿਵਾਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਸਿੰਗਾਪੁਰ 'ਚ 4 ਅਤੇ 5 ਜੁਲਾਈ ਨੂੰ ਆਯੋਜਿਤ ਕੀਤੀ ਗਈ ਦੂਜੀ ਹਯਾਸ਼ੀ ਹਾ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2017 ਦੇ ਵਿੱਚ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਬੇਟੇ ਗੁਰਨੂਰ ਸਿੰਘ ਪਾੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ ਅਤੇ ਘਰ ਪਹੁੰਚਣ 'ਤੇ ਵਿਧਾਇਕ ਪਾੜਾ ਦੁਆਰਾ ਪਰਿਵਾਰ ਸਮੇਤ ਬੇਟੇ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਉਸਦੇ ਕੋਚ ਸੈਮ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਮੈਂ ਪਾਈਨ ਗਰੋਵ ਸਕੂਲ ਤੋਂ ਖੇਡ ਕੇ ਆਇਆ ਵਾਂ। ਪਹਿਲਾਂ ਮੈਂ ਜਲੰਧਰ ਖੇਡਿਆ, ਉੱਥੋਂ ਗੋਲਡ ਮੈਡਲ ਮਿਲਿਆ, ਬਾਅਦ ਵਿੱਚ ਗੋਆ 'ਚ ਬਰੌਂਜ ਮੈਡਲ, ਅਤੇ ਹੁਣ ਸਿੰਗਾਪੁਰ ਖੇਡ ਕੇ ਉੱਥੋਂ ਸਿਲਵਰ ਮੈਡਲ ਮਿਲਿਆ। ਸੈਮ ਸਰ ਨੇ ਕਰਾਟੇ ਸਿਖਾਏ, ਕੋਚ ਸਪੋਰਟਸ ਖੇਲ। ਅੱਜ ਬੜੀ ਖੁਸ਼ੀ ਆ ਮੈਨੂੰ ਕਿ ਸਾਡੇ ਗੁਰਦਾਸਪੁਰ ਸ਼ਹਿਰ ਤੋਂ ਜਿਹੜੇ ਸਿੰਗਾਪੁਰ ਕਰਾਟੇ ਚੈਂਪੀਅਨ ਹਯਾਸ਼ੀ ਆ ਇੰਟਰਨੈਸ਼ਨਲ ਓਪਨ ਕਰਾਟੇ ਚੈਂਪੀਅਨਸ਼ਿਪ ਹੋਈ ਹੈ, ਜਿਹਦੇ ਵਿੱਚ ਪਾਰਟੀਸਪੇਟ ਕੀਤਾ ਸਾਡੇ ਗੁਰਦਾਸਪੁਰ ਦੇ ਬੱਚਿਆਂ ਨੇ। ਔਰ ਇਸ ਤੋਂ ਪਹਿਲਾਂ ਵੀ ਮਿਸਟਰ ਸੈਮ ਜਿਹੜੇ ਇਹਨਾਂ ਦੇ ਕੋਚ ਨੇ, ਇਹਨਾਂ ਨੇ ਇਹਨਾਂ ਨੂੰ ਜਲੰਧਰ ਲੈ ਕੇ ਗਏ ਸੀ ਜਿਹੜੀ ਨੈਸ਼ਨਲ ਲੈਵਲ ਦੀ ਕਰਾਟੇ ਚੈਂਪੀਅਨਸ਼ਿਪ ਹੋਈ ਸੀ, ਉਹਦੇ 'ਚ ਮੇਰਾ ਬੇਟਾ ਵੀ ਗਿਆ ਸੀ, ਉਦੋਂ ਇਹ ਗੋਲਡ ਮੈਡਲ ਲੈ ਕੇ ਆਇਆ ਸੀ। ਐਂਡ ਆਫਟਰ ਦੈਟ ਇਹ ਗੋਆ ਚੈਂਪੀਅਨਸ਼ਿਪ ਹੋਈ, ਉੱਥੇ ਬਰੌਂਜ ਮੈਡਲ ਲੈ ਕੇ ਆਇਆ। ਐਂਡ ਉਸ ਤੋਂ ਬਾਅਦ ਇਹਦੀ ਸਕੂਲਿੰਗ ਜਿਹੜੀ ਆ, ਹੁਣ ਇਸ ਪਾਈਨ ਗਰੁੱਪ ਤੋਂ ਪੜ੍ਹਦਾ ਅਤੇ ਉੱਥੋਂ ਕੋਚ ਸਾਹਿਬ ਕਹਿੰਦੇ ਵਧੀਆ ਖੇਡਦਾ ਅਤੇ ਇਹਨੂੰ ਤੁਸੀਂ ਸਿੰਗਾਪੁਰ ਵੀ ਭੇਜੋ, ਅਤੇ ਆਈ ਐਮ ਫੀਲਿੰਗ ਵੈਰੀ ਪ੍ਰਾਊਡ ਕਿ ਉੱਥੋਂ ਸਿਲਵਰ ਮੈਡਲ ਲੈ ਕੇ ਗਿਆ, ਨਾਲ ਇਹਦੇ ਬੱਚੇ ਹੋਰ ਵੀ ਸੀ। ਸਰ ਸਕੂਲ 'ਚ ਕਰਾਟੇ ਟੀਚਰ ਆ, ਗੁਰਦਾਸਪੁਰ ਦੇ ਹੋਰ ਵੀ ਸਕੂਲਾਂ 'ਚ ਟ੍ਰੇਨਿੰਗ ਦੇ ਰਿਹਾ ਬੱਚਿਆਂ ਨੂੰ। ਇਸ ਬੱਚਿਆਂ ਨੇ ਬਹੁਤ ਮਿਹਨਤ ਕੀਤੀ, ਇਹ ਜਲੰਧਰ ਗਏ ਉੱਥੋਂ ਵੀ ਜਿੱਤ ਕੇ ਆਏ, ਫਿਰ ਇਹ ਗੋਆ ਗਏ ਉੱਥੇ ਵੀ ਜਿੱਤੇ, ਫਿਰ ਇਹਨਾਂ ਦੀ ਸਿਲੈਕਸ਼ਨ ਸਿੰਗਾਪੁਰ ਵਾਸਤੇ ਹੋਈ ਆ, ਉੱਥੇ ਵੀ ਵਿਨਰ ਰਹੇ ਆ। ਹੁਣ ਇਹਨਾਂ ਨੇ ਅੱਗੇ ਅਸੀਂ ਇਹਨਾਂ ਨੂੰ ਯੂਰਪ ਲੈ ਕੇ ਜਾਣਾ। ਮੈਂ ਚਾਹੁੰਦਾ ਕਿ ਸਾਡੇ ਪੰਜਾਬ ਦੇ ਜਿੰਨੇ ਵੀ ਬੱਚੇ ਆ ਉਹ ਵੱਧ ਤੋਂ ਵੱਧ ਕਰਾਟੇ ਸਿੱਖਣ, ਗਰਲਸ ਵਾਸਤੇ ਸਪੈਸ਼ਲ ਸੈਲਫ ਡਿਫੈਂਸ ਮੀਨਸ ਗਰਲਸ ਆਪਣਾ ਬਚਾਅ ਕਰ ਸਕਦੀਆਂ, ਬੋਆਇਜ਼ ਵੀ ਵਧੀਆ ਟ੍ਰੇਨਿੰਗ ਵਧੀਆ ਹਰ ਚੀਜ਼ ਸਿੱਖਣ, ਮਾਰਸ਼ਲ ਆਰਟ ਵਿੱਚ ਅੱਗੇ ਵਧਣ, ਆਪਣੇ ਸ਼ਹਿਰ ਦਾ, ਆਪਣੇ ਪੰਜਾਬ ਦਾ, ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰ। ਗੁਰਦਾਸਪੁਰ ਤੋਂ ਅਵਤਾਰ ਸਿੰਘ, ਹਮਦਰਦ, TV।